वुमेन वेलफेयर एसोसिएशन फ्लोर वालों कोरोना महामारी दौरान अगे होकर लड़ाई लड़न वाले फ्लोर प्रशासन का सम्मान किया गया। सिविल हस्पताल फ्लोर के SMO अशोक कुमार, SDM फ्लोर विनीत कुमार, DSP दविंदर अत्री, नायब तहसीलदार जसविंदर पाल, SHO फिलोर मुख्तियार सिंह, डॉक्टर अते होर स्टाफ नू मेमेंटो दे के सम्मानित किया गया। इस मौके वुमेन वेलफेयर एसोसिएशन फिलोर की प्रधान कुलविंदर कौर ने कहा कि कोरोना महामारी नाल सारा विश्व लड़ रहा है। फिलोर प्रशासन ने जो कोरोना काल के समय अपना वधिया रोल निभाया है, जिस नाल फिलोर शहर का कोरोना की बीमारी तो बचा रहा है। वुमेन वेलफेयर एसोसिएशन फिलोर की रीना तांगड़ी ने फिलोर वासियों को अपील की कि पंजाब समेत देश भर अंदर लड़ी जा रही कोरोना खिलाफ जंग विच ओह प्रशासन का सहयोग करन, तां जो इस महामारी ते जल्द तो जल्द काबू पाया जा सके। जरूरी कम्मां लई ही लोग घरों बाहर जान ते घरों बाहर निकलन समय सारे नूं मास्क पा के बाहर आना चाहीदा है। इस मौके कुलविंदर कौर प्रधान, कुकू गरेवाल वाइस प्रधान, रीना तांगड़ी, कत्तर सुषमा गोयल खजानची, रीना सेठी, चारू चौहान, गुरमीत सिंह, डॉक्टर कुलदीप कुमार, डॉक्टर अश्विनी कुमार, डॉक्टर अवतार चंद, SMO जतिंदर सिंह, मनदीप कौरा ते होर भी हाजिर सन। ਅਸੀਂ ਨਾਲ ਦੇ ਨਾਲ ਕਰੋਨਾ ਵਾਇਰਸ ਨੂੰ ਸਨਮਾਨਿਤ ਕੀਤਾ ਹੈ, ਉਸ ਦੇ ਨਾਲ ਹੀ ਆਪਾਂ ਇੱਕ ਸੋਸਾਇਟੀ ਨੂੰ ਇੱਕ ਸੰਦੇਸ਼ ਦੇ ਰਹੇ ਹਾਂ ਕਿ ਆਪਣਾ ਇਸ ਕਰੋਨਾ ਵਾਇਰਸ ਤੋਂ COVID-19 ਜਿਹਦਾ ਨਾਮ ਹੈ, ਉਸ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਿਆ ਜਾਏ। ਸਾਹਮਣੇ ਵਾਲਾ ਬਚੇਗਾ ਤਾਂ ਅਸੀਂ ਬਚਾਂਗੇ। ਹੁਣ ਇਹ DSP ਸਾਹਿਬ ਜੀ ਨੇ ਵੀ ਇਹੀ ਕਿਹਾ ਕਿ ਸਾਹਮਣੇ ਵਾਲਾ ਬਚੇਗਾ ਤਾਂ ਅਸੀਂ ਬਚਾਂਗੇ। ਦੋ ਤਿੰਨ ਚੀਜ਼ਾਂ ਦਾ ਹੀ ਧਿਆਨ ਰੱਖਣਾ, ਵੀ ਹੈਵ ਟੂ ਵੇਅਰ ਏ ਮਾਸਕ ਪਾ ਕੇ ਰੱਖਣਾ ਹੈ, ਹੈਂਡ ਸੈਨੀਟਾਈਜ਼ੇਸ਼ਨ ਦਾ ਧਿਆਨ ਰੱਖਣਾ ਹੈ, ਅਤੇ ਨਾਲ ਦੇ ਨਾਲ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਣਾ। ਇਹਨਾਂ ਚੀਜ਼ਾਂ ਦਾ ਧਿਆਨ ਰੱਖੋ, ਆਪਣੇ ਆਪ ਨੂੰ ਵੀ ਬਚਾਓ ਅਤੇ ਸਮਾਜ ਨੂੰ ਵੀ ਬਚਾਓ। ਥੈਂਕ ਯੂ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਸੀਂ ਅੱਜ ਵੁਮੈਨ ਵੈਲਫੇਅਰ ਐਸੋਸੀਏਸ਼ਨ ਦੇ ਤੌਰ 'ਤੇ ਅਸੀਂ ਫਲੋਰ ਦੇ ਵਿੱਚ ਸਾਰੀਆਂ ਆਪਣੀਆਂ ਭੈਣਾਂ ਦੇ ਨਾਲ ਇਕੱਠੇ ਹੋਏ ਹਾਂ, ਅਤੇ ਅੱਜ ਅਸੀਂ ਇੱਥੇ ਫਲੋਰ ਦੇ ਵਿੱਚ, ਪਹਿਲਾਂ ਅਸੀਂ ਸਿਵਲ ਹੋਸਪਿਟਲ SMO ਅਤੇ ਡਾਕਟਰਾਂ ਨੂੰ ਅਤੇ ਨਰਸਾਂ ਨੂੰ, ਅਤੇ ਫਿਰ SHO ਸਾਹਿਬ ਉਹਨਾਂ ਦੇ ਨਾਲ ਦੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ। ਇਹ ਸਨਮਾਨਿਤ ਕਰਨ ਦਾ ਸਾਡਾ ਮੁੱਖ ਉਦੇਸ਼ ਕਰੋਨਾ ਵਾਇਰਸ ਕਰਕੇ, ਕਰੋਨਾ ਮਹਾਂਮਾਰੀ ਜੋ ਫੈਲੀ ਹੋਈ ਆ, ਉਹਦੇ ਵਿੱਚ ਜਿਨ੍ਹਾਂ ਨੇ ਅੱਗੇ ਹੋ ਕੇ ਕੰਮ ਕੀਤਾ, ਆਪਣੀਆਂ ਜਾਨਾਂ ਨੂੰ ਤਲੀ ਕੇ ਰੱਖ ਕੇ ਉਹਨਾਂ ਨੂੰ ਅਸੀਂ ਸਨਮਾਨਿਤ ਕੀਤਾ। ਅਤੇ ਉਸ ਤੋਂ ਬਾਅਦ ਅਸੀਂ ਸ਼ਹਿਰ ਦੇ SDM ਸਾਹਿਬ ਨੂੰ, ਤਹਿਸੀਲਦਾਰ ਸਾਹਿਬ ਨੂੰ ਅਤੇ ਡਿਪਟੀ ਸਾਹਿਬ ਨੂੰ ਸ਼ੀਲਦਾ ਦੇ ਕੇ ਆਪਣੀ ਵੁਮੈਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਾਰਿਆਂ ਨੂੰ ਸਨਮਾਨਿਤ ਕੀਤਾ ਅਤੇ ਉਹਨਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ। ਅਤੇ ਸਾਡੀ ਵੁਮੈਨ ਵੈਲਫੇਅਰ ਐਸੋਸੀਏਸ਼ਨ ਹਮੇਸ਼ਾ ਹੀ ਅੱਗੇ ਹੋ ਕੇ ਬਹੁਤ ਵਧੀਆ ਢੰਗ ਦੇ ਨਾਲ ਕੰਮ ਕਰਦੀ ਆ, ਅਤੇ ਬੜੇ ਉਤਸ਼ਾਹ ਦੇ ਨਾਲ ਹਰੇਕ ਜੇ ਕੋਈ ਵੀ ਸ਼ਹਿਰ ਦੇ ਵਿੱਚ ਜਾਂ ਦੇਸ਼ ਦੇ ਵਿੱਚ ਕੋਈ ਵੀ ਇੱਦਾਂ ਦੀ ਗੱਲ ਹੁੰਦੀ ਆ, ਕੋਈ ਰੇਪ ਕੇਸਿਸ ਬਾਰੇ, ਕੋਈ ਵੀ ਕਿਸੇ ਤਰ੍ਹਾਂ ਦੀ ਕਿਸੇ ਗਰੀਬ ਬੱਚਿਆਂ ਦੇ ਪੜ੍ਹਾਉਣ ਬਾਰੇ, ਅਸੀਂ ਹਮੇਸ਼ਾ ਹੀ ਲੇਡੀਜ਼ ਇਕੱਠੀਆਂ ਹੋ ਕੇ ਇੱਕੋ ਉਦੇਸ਼ ਦੇ ਨਾਲ ਵੀ ਸਾਰਿਆਂ ਦਾ ਭਲਾ ਕਰਨਾ, ਜਿੰਨਾ ਵੀ ਵੱਧ ਤੋਂ ਵੱਧ ਕੰਮ ਹੋ ਸਕੇ ਇਸ ਹਿਸਾਬ ਨਾਲ ਅਸੀਂ ਇਕੱਠੇ ਹੋ ਕੇ ਚੱਲ ਪੈਂਦੇ ਹਾਂ। ਸਤਿ ਸ਼੍ਰੀ ਅਕਾਲ। ਬਲੰਟ TV ਲਈ ਫਲੋਰ ਤੋਂ ਪ੍ਰਦੀਪ ਰਾਜਾ ਦੀ ਰਿਪੋਰਟ।